ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਗੁਰਮੀਤ ਨਿੱਜਰ। ਜੀ ਹਾਂ, ਅੱਜ ਫੋਕਸ ਪੰਜਾਬੀ ਦੀ ਟੀਮ ਪਹੁੰਚ ਚੁੱਕੀ ਹੈ ਲੁਧਿਆਣਾ ਦੇ ਲਾਗਲੇ ਪਿੰਡ ਬੱਲੋਵਾਲ, ਜਿੱਥੇ ਪਿਛਲੇ 2 ਦਿਨਾਂ ਤੋਂ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਭਾਰਤ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਅੱਜ ਕੁਝ ਇਸ ਤਰ੍ਹਾਂ ਦੀ ਜਾਣਕਾਰੀ ਵੀ ਪ੍ਰਾਪਤ ਹੋਈ ਹੈ ਕਿ ਭਾਰਤ ਫਿਲਮ ਦੀ ਸ਼ੂਟਿੰਗ ਦੌਰਾਨ ਕੈਮਰਾਮੈਨ ਕੈਰੋਲ ਨੂੰ ਸ਼ਾਇਦ ਬੱਲੋਵਾਲ ਦੀ ਆਬੋ ਹਵਾ ਰਾਸ ਨਾ ਆਉਣ ਕਰਕੇ ਉਹ ਹਾਈ ਗ੍ਰੇਡ ਫੀਵਰ, ਉਲਟੀਆਂ ਤੇ ਦਸਤ ਨਾਲ ਪੀੜਿਤ ਹੋ ਚੁੱਕਿਆ। ਅਲੀ ਅਬਾਸ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਦੀ ਸ਼ੂਟਿੰਗ ਲਈ ਪਿੰਡ ਬੱਲੋਵਾਲ ਵਿਖੇ ਪੁੱਜ ਰਹੇ ਫਿਲਮ ਦੇ ਅਦਾਕਾਰ ਸਲਮਾਨ ਖਾਨ, ਕੈਟਰੀਨਾ ਕੈਫ ਤੇ ਹੋਰ ਸਹਿਯੋਗੀ ਅਦਾਕਾਰਾਂ ਨੂੰ ਵੇਖਣ ਲਈ ਦੂਰ ਦੁਰਾਡੇ ਤੋਂ ਉਹਨਾਂ ਦੇ ਚਹੇਤੇ ਪਿੰਡ ਬੱਲੋਵਾਲ ਪਹੁੰਚ ਰਹੇ ਨੇ। ਪਰ ਵੇਖਣ ਨੂੰ ਇਹ ਮਿਲ ਰਿਹਾ ਕਿ ਪਿੰਡ ਤੋਂ ਕੁਝ ਕਿਲੋਮੀਟਰ ਪਹਿਲਾਂ ਹੀ ਇਹ ਰਸਤਾ ਆਮ ਲੋਕਾਂ ਲਈ ਬੰਦ ਕੀਤਾ ਗਿਆ, ਪਰ ਜਾਰੀ ਹੋਏ ਪਾਸ ਵਾਲੇ ਵਿਅਕਤੀ ਹੀ ਅੱਗੇ ਜਾ ਸਕਦੇ ਨੇ। ਸ਼ੂਟਿੰਗ ਦੇ 3 ਦਿਨ ਜਦ ਫੋਕਸ ਪੰਜਾਬੀ ਦੀ ਟੀਮ ਪਿੰਡ ਬੱਲੋਵਾਲ ਪੁੱਜੀ ਤਾਂ ਪਿੰਡ ਦੇ ਖੇਤਾਂ ਦਾ ਨਜ਼ਾਰਾ ਕੁਝ ਵੱਖਰਾ ਹੀ ਸੀ। ਇੱਕ ਪਾਸੇ ਭਾਰਤ ਦੇ ਵਾਹਗਾ ਬਾਰਡਰ ਦੀ ਝਲਕ ਤੇ ਦੂਸਰੇ ਪਾਸੇ ਪਾਕਿਸਤਾਨ ਦਾ ਬਾਰਡਰ। ਦੋਸਤੋ, ਵੈਸੇ ਤਾਂ ਤੁਸੀਂ ਜਾਣਦੇ ਹੀ ਹੋ ਕਿ ਬਾਲੀਵੁੱਡ ਫਿਲਮਾਂ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਟੱਚ ਨਾਲ ਹੀ ਵੱਡੇ ਫਿਲਮੀ ਪਰਦੇ ਤੇ ਦਿਖਾਈ ਦੇ ਰਹੀਆਂ ਨੇ। ਬੇਸ਼ੱਕ ਉਸ ਵਿੱਚ ਪੰਜਾਬੀ ਗੀਤਾਂ ਦੀ ਗੱਲ ਹੋਵੇ ਜਾਂ ਪੰਜਾਬ ਦੇ ਪਿੰਡਾਂ ਦੀ ਝਲਕ। ਇਹੀ ਕਾਰਨ ਹੈ ਕਿ ਭਾਰਤ ਫਿਲਮ ਦੀ ਸ਼ੂਟਿੰਗ ਲਈ ਪਿੰਡ ਬੱਲੋਵਾਲ ਦੀ ਚੋਣ ਹੋਈ। ਦੋਸਤੋ, ਗੱਲ ਇੱਥੇ ਖਤਮ ਨਹੀਂ ਹੁੰਦੀ। ਇਸ ਫਿਲਮ ਦੀ ਸ਼ੂਟਿੰਗ ਪਿੰਡ ਬੱਲੋਵਾਲ ਤੋਂ ਇਲਾਵਾ ਪਿੰਡ ਪਮਾਲ ਵਿੱਚ ਵੀ ਹੋਵੇਗੀ, ਜਿੱਥੇ ਇੱਕ ਪਾਸੇ ਢਾਬੇ 'ਤੇ ਆਧਾਰਿਤ ਫਿਲਮ ਦਾ ਸੀਨ ਫਿਲਮਾਇਆ ਜਾਣਾ ਹੈ। ਸੋ ਅਸੀਂ ਰਹਾਂਗੇ ਅਗਲੇ ਕੁਝ ਦਿਨ ਤੁਹਾਡੇ ਨਾਲ, ਅਤੇ ਤੁਸੀਂ ਵੇਖਦੇ ਰਹੋ ਫੋਕਸ ਡੋਟ ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼। ਕੈਮਰਾਮੈਨ ਵਿਕਾਸ ਦੇ ਨਾਲ ਗੁਰਮੀਤ ਨਿੱਜਰ ਦੀ ਰਿਪੋਰਟ।